ਪਤਾ ਹੀ ਨਹੀਂ, ਮੈਂ ਤਾਂ ਇੱਕ ਵਾਰ ਰੋਟੀ ਖਾਈ ਨਾ, ਪਤਾ ਹੀ ਨਹੀਂ ਕੋਈ ਗੱਲ ਹੈ ਕੀ। ਤੁਹਾਨੂੰ ਜਾਣਕਾਰੀ ਦੀ ਕੀ ਪਤਾ ਲੱਗਾ, ਪੁਲਿਸ ਨੇ ਕੀ ਦੱਸਿਆ? ਪੁਲਿਸ ਨੇ ਤਾਂ ਐਂ ਦੱਸੀ ਹੌਸਪੀਟਲ ਦੇ ਵਿੱਚ ਵੀ ਕੋਈ ਮਰੀਜ਼ ਪਿਆ ਆ, ਤੁਹਾਡਾ ਮਰੀਜ਼ ਹੈ, ਪਤਾ ਹੀ ਨਹੀਂ ਮੈਨੂੰ ਤਾਂ ਜੀ, ਕੋਈ ਗੱਲ ਦੇ ਨਹੀਂ ਪਤਾ ਵੀ ਹਜੇ ਤੱਕ ਨਹੀਂ ਪਤਾ ਕੀ ਗੱਲ ਹੋਈ। ਪੁਲ ਬਾਰੇ ਦੱਸਦੀ ਸੀਗੀ, ਪੁਲ ਤੋਂ ਡਿੱਗਿਆ, ਪੁਲ ਤੋਂ ਡਿੱਗਿਆ ਜੀ। ਹਾਂਜੀ ਦੱਸਦੇ, ਠੀਕ, ਫਰੀਦਕੋਟ ਲੈ ਕੇ ਜਾਣਾ ਪੈਣਾ ਜੀ, ਡਾਕਟਰ ਨੇ ਕਿਹਾ ਸੀ ਟੀ ਸਕੈਨ ਹੋ ਗਈ ਇਹਦੀ। ਕਿੰਨੀ ਉਮਰ ਹੈ ਜੀ? ਇਹਦੀ 22 ਸਾਲ ਉਮਰ ਹੈ ਜੀ। ਕੀ ਕੰਮ ਕਰਦੇ? ਵਿਟਰਾਂ ਵੁਟਰਾਂ ਦਾ ਕੰਮ ਕਰਦੇ ਜੀ, ਦਿਹਾੜੀ ਦੂੜੀ ਜਾਵੜ। ਕੀ ਮਾਮਲਾ ਜੀ? ਇੱਕ ਮਹਿਕਪ੍ਰੀਤ ਜੱਤ ਚੁੰਗੀ ਦਾ ਰਹਿਣ ਵਾਲਾ ਵਸਨੀਕ, ਉਹਨੂੰ ਪੁਲਿਸ ਦੁਆਰਾ, GRP ਪੁਲਿਸ ਦੁਆਰਾ ਲਿਆਂਦਾ ਗਿਆ। ਉਹਨਾਂ ਦੇ ਦੱਸਣ ਅਨੁਸਾਰ ਕਿ ਪੁਲ ਦੇ ਉੱਤੋਂ ਡਿੱਗਿਆ ਹੈਗਾ, ਹੁਣ ਬੇਹੋਸ਼ੀ ਹਾਲਤ ਵਿੱਚ ਹੈਗਾ, ਸਿਰ 'ਤੇ ਸੱਟ ਲੱਗ ਰਹੀ ਹੈ, ਇਲਾਜ ਕਰ ਰਹੇ ਹਾਂ ਉਹਦਾ ਜੀ। ਸਿਰ ਦੀ ਸੱਟ ਹੈ, ਕੰਨ 'ਚ ਵੀ ਖੂਨ ਆ ਰਿਹਾ, ਨੱਕ 'ਚ ਵੀ ਆ ਰਿਹਾ, ਟ੍ਰੀਟਮੈਂਟ ਵੀ ਚੱਲ ਰਿਹਾ ਤੇ ਹੁਣ ਦੇਖਦੇ ਹਾਂ ਨਾਜ਼ੁਕ ਹਾਲਤ ਦੇਖਦੇ ਹੋਏ ਫਿਰ ਭੇਜਾਂਗੇ ਇਹਨੂੰ। ਇਹ ਜੀ ਇੱਕ ਲੜਕਾ ਹੈ, ਮਹਿਕਪ੍ਰੀਤ ਸਿੰਘ, ਉਮਰ 18 ਸਾਲ ਹੈ, ਠੀਕ ਹੈ। ਇਹ ਜੈਤੋ ਚੁੰਗੀ ਦਾ ਰਹਿਣ ਵਾਲਾ ਜੀ। ਇਹ ਅਚਾਨਕ ਕਿਤੇ ਵੀ ਪੁਲ ਤੋਂ ਉੱਥੋਂ ਕਿਤੇ ਨੀਚੇ ਗਿਰ ਗਿਆ, ਅਤੇ ਜਿਸ ਨੂੰ ਤੁਰੰਤ ਹੀ ਅਸੀਂ ਐਂਬੂਲੈਂਸ ਲਿਆ ਕੇ ਹਸਪਤਾਲ ਤੱਕ ਪਵਾਇਆ ਜੀ। ਹਾਂਜੀ ਪਰਿਵਾਰ ਪਹੁੰਚ ਗਿਆ, ਬ੍ਰਦਰ ਪਹੁੰਚ ਗਿਆ, ਉਹਦਾ ਮਾਮਾ ਪਹੁੰਚ ਗਿਆ, ਸਾਰੇ ਪਹੁੰਚ ਗਏ। ਪਤਾ ਹੀ ਨਹੀਂ, ਮੈਂ ਤਾਂ ਇੱਕ ਵਾਰ ਰੋਟੀ ਖਾਈ ਨਾ, ਪਤਾ ਹੀ ਨਹੀਂ ਕੋਈ ਗੱਲ ਹੈ ਕੀ। ਤੁਹਾਨੂੰ ਜਾਣਕਾਰੀ ਦੀ ਕੀ ਪਤਾ ਲੱਗਾ, ਪੁਲਿਸ ਨੇ ਕੀ ਦੱਸਿਆ? ਪੁਲਿਸ ਨੇ ਤਾਂ ਐਂ ਦੱਸੀ ਹੌਸਪੀਟਲ ਦੇ ਵਿੱਚ ਵੀ ਕੋਈ ਮਰੀਜ਼ ਪਿਆ ਆ, ਤੁਹਾਡਾ ਮਰੀਜ਼ ਹੈ, ਪਤਾ ਹੀ ਨਹੀਂ ਮੈਨੂੰ ਤਾਂ ਜੀ, ਕੋਈ ਗੱਲ ਦੇ ਨਹੀਂ ਪਤਾ ਵੀ ਹਜੇ ਤੱਕ ਨਹੀਂ ਪਤਾ ਕੀ ਗੱਲ ਹੋਈ। ਪੁਲ ਬਾਰੇ ਦੱਸਦੀ ਸੀਗੀ, ਪੁਲ ਤੋਂ ਡਿੱਗਿਆ, ਪੁਲ ਤੋਂ ਡਿੱਗਿਆ ਜੀ। ਪੁਲ ਤੋਂ ਡਿੱਗਿਆ? ਹਾਂਜੀ। ਦੱਸਦੇ, ਠੀਕ, ਫਰੀਦਕੋਟ ਲੈ ਕੇ ਜਾਣਾ ਪੈਣਾ ਜੀ, ਡਾਕਟਰ ਨੇ ਕਿਹਾ ਸੀ ਟੀ ਸਕੈਨ ਹੋ ਗਈ ਇਹਦੀ। ਕਿੰਨੀ ਉਮਰ ਹੈ ਜੀ? ਇਹਦੀ 22 ਸਾਲ ਉਮਰ ਹੈ ਜੀ। ਕੀ ਕੰਮ ਕਰਦੇ? ਵਿਟਰਾਂ ਵੁਟਰਾਂ ਦਾ ਕੰਮ ਕਰਦੇ ਜੀ, ਦਿਹਾੜੀ ਦੂੜੀ ਜਾਵੜ। ਕੀ ਮਾਮਲਾ ਜੀ? ਇੱਕ ਮਹਿਕਪ੍ਰੀਤ ਜੱਤ ਚੁੰਗੀ ਦਾ ਰਹਿਣ ਵਾਲਾ ਵਸਨੀਕ, ਉਹਨੂੰ ਪੁਲਿਸ ਦੁਆਰਾ, GRP ਪੁਲਿਸ ਦੁਆਰਾ ਲਿਆਂਦਾ ਗਿਆ। ਉਹਨਾਂ ਦੇ ਦੱਸਣ ਅਨੁਸਾਰ ਕਿ ਪੁਲ ਦੇ ਉੱਤੋਂ ਡਿੱਗਿਆ ਹੈਗਾ, ਹੁਣ ਬੇਹੋਸ਼ੀ ਹਾਲਤ ਵਿੱਚ ਹੈਗਾ, ਸਿਰ 'ਤੇ ਸੱਟ ਲੱਗ ਰਹੀ ਹੈ, ਇਲਾਜ ਕਰ ਰਹੇ ਹਾਂ ਉਹਦਾ ਜੀ। ਸਿਰ ਦੀ ਸੱਟ ਹੈ, ਕੰਨ 'ਚ ਵੀ ਖੂਨ ਆ ਰਿਹਾ, ਨੱਕ 'ਚ ਵੀ ਆ ਰਿਹਾ, ਟ੍ਰੀਟਮੈਂਟ ਵੀ ਚੱਲ ਰਿਹਾ ਤੇ ਹੁਣ ਦੇਖਦੇ ਹਾਂ ਨਾਜ਼ੁਕ ਹਾਲਤ ਦੇਖਦੇ ਹੋਏ ਫਿਰ ਭੇਜਾਂਗੇ ਇਹਨੂੰ ਜੀ। ਕੀ ਮਾਮਲਾ ਹੈ? ਇਹ ਜੀ ਇੱਕ ਲੜਕਾ ਹੈ, ਮਹਿਕਪ੍ਰੀਤ ਸਿੰਘ, ਉਮਰ 18 ਸਾਲ ਹੈ, ਠੀਕ ਹੈ। ਇਹ ਜੈਤੋ ਚੁੰਗੀ ਦਾ ਰਹਿਣ ਵਾਲਾ ਜੀ। ਇਹ ਅਚਾਨਕ ਕਿਤੇ ਵੀ ਪੁਲ ਤੋਂ ਉੱਥੋਂ ਕਿਤੇ ਨੀਚੇ ਗਿਰ ਗਿਆ, ਅਤੇ ਜਿਸ ਨੂੰ ਤੁਰੰਤ ਹੀ ਅਸੀਂ ਐਂਬੂਲੈਂਸ ਲਿਆ ਕੇ ਹਸਪਤਾਲ ਤੱਕ ਪਵਾਇਆ ਜੀ। ਪਰਿਵਾਰ ਪਹੁੰਚ ਗਿਆ? ਹਾਂਜੀ ਪਰਿਵਾਰ ਪਹੁੰਚ ਗਿਆ, ਬ੍ਰਦਰ ਪਹੁੰਚ ਗਿਆ, ਉਹਦਾ ਮਾਮਾ ਪਹੁੰਚ ਗਿਆ ਜੀ, ਸਾਰੇ ਪਹੁੰਚ ਗਏ।